जी का खालसा वाहेगुरु जी की फतेह। पांच कमेंट लाइव होना जी। रणजोत सिंह होनी रात प्रो पंजाब इदा कोई चैनल हैगा टीवी ते इंटरव्यू हुई है 8 मिनट की, उन्हां दी गल्लां दे जवाब देना ते ओह सुन लिओ जी चज ना। जदों 12 तरीक नूं जां 13 तरीक नूं उत्थे सवेरे बेअदबी हुई है श्री केसगढ़ साहिब, असीं 13 तरीक नूं ही उत्थे पहुंचे हाँ। तो बेअदबी दे विच मूहरे लगण दा कारण इह सीगा वी क्योंकि कदे भी कोई कमेटी बनती है किसी मसले च तो उह संगत नूं सूचित नहीं करती, ना ही कोई सिंघां तक रिपोर्ट पहुँचती करती आ वी बेअदबी शुरू कित्थों हुंदी आ, करदा कौण आ, करवाउंदा किवें आ। इस करके गया सी क्योंकि भी मैनू उहदा पता लग सके ते उह मैनू पता लग गया सी, मैं इन्हां नूं नहीं दसना चाहुंदा सी। हुण रणजोत सिंह होणा ने मेरे खिलाफ इंटरव्यू कीती है जी, उहदी सफाई लै लो क्योंकि इदू बाद मैं तां लाइव नहीं होना ना जवाब देना क्योंकि आपां बथेरे कुत्ते बिल्ले भौंकदे आ ना। जदों श्री अमृतसर साहिब बुत तोड़े सीगे ना पिछले साल, असीं बुत तोड़ के जेल उठ गए, रणजोत सिंह आपदे सिंघां नूं लै के बुत्तां कोले उत्थे खड़ के मेरे खिलाफ बोलिया सी ते इह वी गल रणजोत सिंह ने आखी सी जे अमृतपाल सिंह नूं गिद्दे भंगड़े दे बुत दुख दिंदे ते उह होर गेट आ जांदा, इहदा मतलब मेरे उल्ट सी। दूजी वारी हरेक धर्म ओह सेवा दे विच मेरे उल्ट जांदा रणजोत सिंह। हुण पिछे जे बरनाले जदों प्रोड्यूसर कुट्टिया वा सारी संगत साडे नाल सी, सिंह नाल सी ते इह प्रोड्यूसर कोले उठ गया ते प्रोड्यूसर नूं जाके उत्थे सपोर्ट कीती आ उहदी, तुसीं देखो बणदा सी हक। फिर आनंदपुर साहब 13 तरीक नूं असीं गए हां, इह 15 दी शाम नूं आए आ। जे इहनां नूं इन्ना हेज सी बेअदबी दा, हिरदा बलूंदरा गया सी ते इहनूं पुछो 2 दिन सी कित्थे, ਜਿਹੜੇ ਨਾਲ ਬੈਠੇ ਬੋਲਦੇ ਆ ਮੇਰਾ ਜੀ ਆਨੰਦਪੁਰ ਸਾਹਿਬ ਤੋਂ ਜਾਣ ਦੇ ਕੁਛ ਕਾਰਨ ਆ ਉਹ ਸੁਣ ਲਓ। ਜੇ ਪਰੂਫ ਚਾਹੀਦੇ ਹੋਏ ਅਸੀਂ ਪਰੂਫ ਦੇ ਦਾਂਗੇ, ਪਰ ਅਸੀਂ ਇਹ ਵਖਰੇਵਾਂ ਨਹੀਂ ਪਾਉਣਾ ਚਾਹੁੰਦੇ, ਚੁੱਪ ਚੰਗੀ ਆ, ਰੌਲਾ ਨਾ ਪਵੇ। ਮੈਂ ਉੱਥੋਂ ਤਾਂ ਗਿਆ ਜੀ, ਜਦੋਂ ਮੈਂ ਨਾਲ ਸੀ ਉਦੋਂ ਚੁੱਪ ਰਹਿੰਦੇ ਸੀ, ਜਦੋਂ ਮੈਂ ਉੱਥੇ ਉੱਠ ਜਾਂਦਾ ਸੀ ਇੱਕ ਇਹਨਾਂ ਨੂੰ ਸਾੜਾ ਇਸ ਗੱਲ ਦਾ ਸੀ ਅੰਦਰ ਮੀਟਿੰਗ ਹੋਣੀ ਆ, ਪੁੱਛ ਗਿੱਛ ਲਈ ਜਾਣਾ ਜਾਂ ਕੋਈ ਸਲਾਹ ਲੈਣੀ, ਅੰਮ੍ਰਿਤਪਾਲ ਸਿੰਘ ਨਾਲ ਹੀ ਗੱਲ ਹੁੰਦੀ ਸੀ ਸਾਰਿਆਂ ਦੀ, ਇਸ ਕਰਕੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਤਾਂ ਇਹ ਰੌਲਾ ਪਾਉਂਦੇ ਸੀ। ਕਾਰਨ ਸੁਣ ਲਓ ਜੀ ਜਾਣ ਦੇ ਉੱਥੋਂ। ਬਹੁਤ ਮਾੜੀ ਗੱਲ ਆ ਮੈਨੂੰ ਗਦਾਰ ਕਹਿਣ, ਏਜੰਸੀਆਂ ਦਾ ਬੰਦਾ ਕਹਿਣ, ਵਿਕ ਗਿਆ ਕਹਿਣ, ਕੋਈ ਚੱਕਰ ਨਹੀਂ, ਹਮੇਸ਼ਾ ਕਹਿੰਦੇ ਆਏ ਆ, ਬਹੁਤ ਟਾਈਮ ਤੋਂ ਕਹਿੰਦੇ ਆਏ ਆ, ਪਰ ਮੈਨੂੰ ਇਹ ਗੱਲ ਕਹਿ ਦੇਣੀ 4 ਦਿਨ ਸੰਗਤ ਜੀ ਮੈਂ ਇਹ ਗੱਲ ਸੁਣੀ ਆ, ਜਦੋਂ ਰਣਜੋਤ ਸਿੰਘ ਹੋਣੀ ਤੇ ਨਾਲ ਦੇ ਬੰਦੇ ਕਹਿੰਦੇ ਸੀ ਨਾ ਅੰਮ੍ਰਿਤਪਾਲ ਸਿੰਘ ਮੁਸਲਮਾਨਾਂ ਦਾ ਮੁੰਡਾ, ਪੁੱਤ ਯਕੀਨ ਨਹੀਂ ਕਰਨੀ, ਮੈਨੂੰ ਇਹ ਗੱਲ ਪਤਾ ਲੱਗੀ ਤੇ ਮੈਂ ਕਿਹਾ ਚਲੋ ਕੋਈ ਨਾ ਯਾਰ, ਜੇ ਕਹਿਤਾ ਫੇਰ ਕੀ ਹੋ ਗਿਆ। ਸੰਗਤ ਜੀ 17 ਤਰੀਕ ਨੂੰ ਸੰਗਤ ਦੇ ਵਿੱਚ ਖੜੇ ਹੋ ਕੇ ਇਹਨਾਂ ਨੇ ਇਹ ਗੱਲ ਆਖੀ ਆ ਵੀ ਅੰਮ੍ਰਿਤਪਾਲ ਸਿੰਘ ਮੁਸਲਮਾਨਾਂ ਦਾ ਮੁੰਡਾ, ਪੁੱਤ ਯਕੀਨ ਨਹੀਂ ਕਰਨਾ। ਤੁਸੀਂ ਦੱਸੋ ਭਲਾ ਜਦੋਂ ਕਿਸੇ 'ਤੇ ਯਕੀਨ ਹੀ ਨਹੀਂ ਕਰਨਾ ਉਹ ਬੰਦਾ ਗਵਾਹੀ ਕਿਵੇਂ ਕਰੂਗਾ ਅਤੇ ਮੂਹਰੇ ਕਿਵੇਂ ਲੱਗੂਗਾ। ਠੀਕ ਆ ਜੀ, ਇਹ ਚਾਹੁੰਦੇ ਸੀਗੇ ਇਹੀ ਮੂਹਰੇ ਲੱਗੇ, ਇਹ ਕਹਿੰਦੇ ਸੀਗੇ ਨਾ ਵੀ ਆਪਾਂ ਯਕੀਨ ਨਹੀਂ ਕਰਨਾ ਪਰ ਮੂਹਰੇ ਲਾਈ ਰੱਖੋ, ਇਹਦਾ ਮਤਲਬ ਇਹ ਮੇਰੇ ਮੋਢੇ 'ਤੇ ਰੱਖ ਕੇ ਚਲਾਉਂਦੇ ਸੀ। ਪਰ ਮੈਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਮੇਰੇ ਸਾਹਮਣੇ ਇਹ ਗੱਲ ਉਹਨਾਂ ਨੇ ਕਹਿਤੀ, ਜਿਹੜੀ ਕੱਲ੍ਹ ਸੰਗਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੀ ਸੋ ਇਸ ਗੱਲ ਦੀ ਗਵਾਹ ਰਣਜੋਤ ਸਿੰਘ ਮੇਰੇ ਨਾਲ 1 ਦਿਨ 'ਚ 3 ਵਾਰੀ ਲੜਿਆ, ਇਹ ਫੁੱਟ ਪਾਉਣਾ ਚਾਹੁੰਦਾ ਸੀ, ਇਹ ਮੈਨੂੰ ਇਹੀ ਸੀਗਾ ਵੀ ਇਹ ਇੱਥੇ ਲੜੇ। ਪਰ ਸੰਗਤ ਜੀ ਅਸੀਂ ਨਹੀਂ ਲੜਨਾ ਚਾਹੁੰਦੇ ਕਿਉਂਕਿ ਉਹਦੇ ਬਾਣਾ ਪਾਇਆ ਵਾ, ਸਿੰਘ ਨਾਲ ਲੜਦਾ ਚੰਗਾ ਨਹੀਂ ਲੱਗਦਾ ਗਾ। ਪਰ ਸਾਰਾ ਪਵਾੜੇ ਦੀ ਜਾੜਰ ਜਦੋਂ 3 ਦਿਨ ਵਧੀਆ ਚੱਲੀ ਗਿਆ ਮੋਰਚਾ ਸਾਰਾ ਕੁਛ ਵਧੀਆ ਸੀ, 3ਜੇ ਦਿਨ ਰਣਜੋਤ ਸਿੰਘ ਆ ਗਿਆ ਉਹਦੇ ਸਿੰਘਾਂ ਨੂੰ ਲੈ ਕੇ, ਸਾਰੀ ਮਿੱਟੀ ਹੋ ਗਈ। ਇਸ ਕਰਕੇ ਉੱਥੋਂ ਜਾਣ ਦੇ ਕਾਰਨ ਇਹੀ ਆ ਵੀ ਇੱਕ ਤਾਂ ਇਹਨਾਂ ਨੇ ਕਹਿ ਤਾ ਅੰਮ੍ਰਿਤਪਾਲ ਸਿੰਘ ਮੁਸਲਮਾਨ ਆ, ਅਸੀਂ ਉਹਤੇ ਯਕੀਨ ਨਹੀਂ ਕਰਨਾ। ਦੂਜਾ ਇਹਨਾਂ ਨੇ ਕਹਿ ਤਾ ਇਹ ਏਜੰਸੀਆਂ ਦਾ ਬੰਦਾ ਉਹ ਜੋ ਇੱਕੇ ਕਹਿੰਦੇ ਇਹਨੂੰ ਬਾਹਰੋਂ ਡਾਲਰ ਆਉਂਦੇ, ਮੈਨੂੰ ਕੋਈ ਵੀ ਬੰਦਾ ਇਹ ਪਰੂਫ ਸਿੱਧ ਕਰ ਦੇਵੇ। ਜਿੱਦੇ ਦਾ ਮੋਰਚਾ ਲੱਗਾ 7 ਦਿਨ ਉੱਥੇ 6 ਦਿਨ ਰਹੇ ਆ, 6 ਦਿਨਾਂ ਦੇ ਵਿੱਚ 4 ਵਾਰੀ ਰੋਟੀ ਖਾਧੀ ਆ ਜਾਂ ਅਸੀਂ ਕਿਤੇ ਸਾਨੂੰ ਪਏ ਨੂੰ ਵੇਖਿਆ। 6 ਦਿਨਾਂ ਦੇ ਵਿੱਚ ਕਿਸੇ ਨੂੰ ਮੈਂ ਕਿਹਾ ਵੀ ਮੈਨੂੰ ਪੈਸੇ ਭੇਜੋ ਜਾਂ ਕਿਸੇ ਨੇ ਪੈਸੇ ਮੋਰਚੇ ਲਈ ਭੇਜਿਆ ਤਾਂ ਬਾਈ ਜੀ ਜੋ ਸਜ਼ਾ ਦਊਂਗੇ ਅਸੀਂ ਲੈਣ ਲਈ ਤਿਆਰ ਆ। ਪਰ ਗਲਤ ਅਫਵਾਹ ਫੈਲਾਉਣੀ ਮਾੜੀ ਗੱਲ ਆ। ਰਣਜੋਤ ਸਿੰਘ ਦੀ ਪ੍ਰੋ ਪੰਜਾਬੀ ਟੀਵੀ 'ਤੇ ਮੈਂ ਨਾ ਇੱਕ ਮੈਂਸ਼ਨ ਕਰਕੇ ID ਰਣਜੋਤ ਸਿੰਘ ਦੀ ਅਤੇ ਇੱਕ ਸਕਰੀਨਸ਼ੋਟ ਪਾਉਂਦਾ ਜਿੱਥੇ ਉਹਨੇ ਮੇਰੇ ਖਿਲਾਫ ਇੰਟਰਵਿਊ ਦਿੱਤੀ ਆ, ਉੱਥੇ ਜਾ ਕੇ ਰਣਜੋਤ ਸਿੰਘ ਨੂੰ ਤੁਸੀਂ ਜਵਾਬ ਦੇ ਦਿਓ ਜਿਹਨੇ ਦੇਣਾ। ਅਤੇ ਬਾਕੀ ਚਲੋ ਕੋਈ ਨਾ, ਅਸੀਂ ਤਾਂ ਇਹੀ ਵੇਖਣਾ ਸੀਗਾ ਵੀ ਬੇਅਦਬੀ ਹੁੰਦੀ ਮਕਸਦ ਕੀ ਆ, ਕਿੱਥੋਂ ਚਾਲ ਚੱਲਦੀ ਆ, ਉਹ ਪਰੂਫ ਸਾਰੇ ਮੇਰੇ ਹੱਥ ਲੱਗ ਗਏ ਆ ਅਤੇ ਮੈਂ ਇਹ 'ਤੇ ਆਪਦੇ ਆਪ ਸੇਵਾ ਕਰੀ ਜਾਊਂਗਾ ਜਿੱਥੋਂ ਤੱਕ ਮਹਾਰਾਜ ਨੇ ਸੇਵਾ ਬਖਸ਼ੀ ਆ ਕਰੂੰਗਾ। ਪਰ ਉਹ ਮੋਰਚੇ ਨਹੀਂ, ਅਸੀਂ ਧਰਨਿਆਂ ਦੇ ਹੱਕ 'ਚ ਨਹੀਂ ਹੈਗੇ, ਉਹ ਰਣਜੋਤ ਸਿੰਘ ਹੋਣਾ ਨੇ ਖਲਾਰਾ ਪਾਤਾ ਕੇ। ਚਲੋ ਕੋਈ ਨਾ ਜੀ, ਮੈਂ ਨਾ ਇੱਕ ਸਟੋਰੀ ਪਾਉਂਦਾ ਜਾ ਕੇ ਇੰਟਰਵਿਊ 'ਚ ਜਾ ਕੇ, ਤੁਸੀਂ ਜੇ ਤਾਂ ਮੇਰੇ ਹੱਕ 'ਚ ਆ ਤਾਂ ਜਵਾਬ ਦੇ ਦਿਓ ਤੇ ਨਹੀਂ ਤਾਂ ਵਾਹ ਭਲੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।